ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਤੋਂ ਪਰੇਸ਼ਾਨ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਹੈ। ਅਜਿਹਾ ਹੀ ਕੁਝ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪੰਜਾਬ ਰੋਡਵੇਜ਼ ਦੇ ਕਰਮਚਾਰੀ ਆਪਣਾ ਕੰਮ ਕਾਜ ਛੱਡ ਕੇ ਹੜਤਾਲ ਤੇ ਬੈਠ ਗਏ। ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਇਹਨਾਂ ਮੁਲਾਜ਼ਮਾਂ ਵੱਲੋਂ 2 ਘੰਟੇ ਦੇ ਲਈ ਕੰਮ ਕਾਜ ਨੂੰ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਅਤੇ ਬੱਸ ਸਟੈਂਡ ਦੇ ਅੰਦਰ ਖੜੀਆਂ ਸਾਰੀਆਂ ਗੱਡੀਆਂ ਅਤੇ ਬੱਸਾਂ ਨੂੰ ਬਾਹਰ ਕੱਢ ਦਿੱਤਾ ਗਿਆ। ਭਾਰੀ ਗਿਣਤੀ ਵਿੱਚ ਇਕੱਠੇ ਹੋਏ ਰੋਡਵੇਜ਼ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਦੇ ਚੱਲਦੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸ ਸਟੈਂਡ ਤੇ ਮਾਯੂਸ ਖੜੇ ਯਾਤਰੀਆਂ ਨੇ ਆਖਿਆ ਕਿ ਸਾਨੂੰ ਡਲਹੌਜ਼ੀ ਜਾਣਾ ਸੀ ਪਰ ਇੱਥੇ ਆਉਣ ਤੇ ਪਤਾ ਚੱਲਿਆ ਕਿ ਹੜਤਾਲ ਹੈ, ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਲਹੌਜ਼ੀ ਜਾਣਾ ਸੀਗਾ ਤੇ ਅਚਾਨਕ ਹੀ ਇੱਥੇ ਹੜਤਾਲ ਹੋ ਗਈ। ਅਸੀਂ ਮਾਲ ਡਲਹੌਜ਼ੀ ਭੇਜਣਾ, ਅਸੀਂ ਹੁਣ ਘੰਟਾ ਹੋ ਗਿਆ ਖਲੋਤਿਆਂ ਨੂੰ ਇੱਥੇ, ਆ ਕਹਿੰਦੇ ਜੀ ਹੜਤਾਲ ਹੈਗੀ ਹੈ, ਅਸੀਂ ਨਾ ਉਹਨੂੰ ਵਾਪਸ ਲੈਣ ਜੋਗੇ ਅਤੇ ਨਾ ਇੱਥੇ ਛੱਡਣ ਜੋਗੇ। ਤੁਹਾਨੂੰ ਪਹਿਲੇ ਪਤਾ ਸੀ ਅਜੇ? ਨਹੀਂ ਜੀ, ਸਾਨੂੰ ਪਤਾ ਹੁੰਦਾ ਅਸੀਂ ਆਉਂਦੇ ਹੀ ਨਾ। ਲੋਕਾਂ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਵੀ ਹੜਤਾਲ ਰੱਖੀ ਜਾਂਦੀ ਹੈ ਤਾਂ ਉਸ ਬਾਰੇ ਪਹਿਲਾਂ ਤੋਂ ਹੀ ਸਾਰੇ ਯਾਤਰੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਹੜਤਾਲ ਅਗਰ ਕੀਤੀ ਸੀ, ਇਹਨਾਂ ਨੇ ਸਟ੍ਰਾਈਕ ਕੀਤੀ ਸੀ, ਤਾਂ ਪਹਿਲਾਂ ਸਾਨੂੰ ਕੋਈ ਨਾ ਸੂਚਿਤ ਕਰ ਦੇਣਾ ਚਾਹੀਦਾ ਹੈ ਕਿ ਇੱਦਾਂ ਦਾ ਹੜਤਾਲ ਹੈ। ਉਧਰ ਹੜਤਾਲ ਤੇ ਗਏ ਕਾਮਿਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੇ ਦੌਰਾਨ ਕਰਮਚਾਰੀਆਂ ਦੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਗਏ ਸਨ ਪਰ ਅੱਜ ਸੱਤਾ ਸੰਭਾਲਦੇ ਹੀ ਪੰਜਾਬ ਸਰਕਾਰ ਆਪਣੇ ਸਾਰੇ ਵਾਅਦੇ ਭੁੱਲ ਚੁੱਕੀ ਹੈ। ਇੱਥੇ ਤੱਕ ਕਿ ਪੰਜਾਬ ਰੋਡਵੇਜ਼ ਨੂੰ ਕਾਰਪੋਰੇਸ਼ਨ ਸਿਸਟਮ ਵਿੱਚ ਮਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਰੋਡਵੇਜ਼ ਕਰਮਚਾਰੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਅਰਜ਼ੀ ਹੜਤਾਲ ਦਾ ਜਿਹੜਾ ਮੇਨ ਮਕਸਦ ਹੈ, ਇਹ ਸਰਕਾਰ ਜਿਹੜੀ ਆ ਇਹ ਰੋਡਵੇਜ਼ ਦੇ ਅਧਾਰੇ ਨੂੰ ਤੋੜ ਕੇ ਕਾਰਪੋਰੇਸ਼ਨ ਬਣਾਉਣ ਜਾ ਰਹੀ ਹੈ। ਇਹਦਾ ਮਤਲਬ ਪੰਜਾਬ ਰੋਡਵੇਜ਼ ਦਾ ਮੁਲਾਜ਼ਮ ਜਿਹੜਾ ਸਖ਼ਤ ਬਹੁਤਾ ਕਰਦਾ, ਔਰ ਅਸੀਂ ਕਾਰਪੋਰੇਸ਼ਨ ਕਿਸੇ ਵੀ ਹਾਲਤ ਵਿੱਚ ਨਹੀਂ ਬਣਦੇ ਨੇ। ਇਹ ਰੋਡਵੇ ਦਾ ਮਤਲਬ ਘਾਣ ਕਰਨ ਵਾਲੀ ਸਰਕਾਰ, ਇਹ ਲੋਕਾਂ ਨੂੰ ਝੂਠੇ ਗੁਮਰਾਹ ਕਰਕੇ ਸਰਕਾਰ ਸੱਤਾ ਵਿੱਚ ਆਈ ਆ। ਬੜੇ ਬੜੇ ਵੱਡੇ ਲਾਰੇ ਲਾ ਕੇ ਲੋਕਾਂ ਨੂੰ, ਅੱਜ ਲੋਕ ਪੰਜਾਬ ਦਾ ਹਰ ਵਰਗ ਇਹ ਸਰਕਾਰ ਤੋਂ ਦੁਖੀ ਹੋ ਗਿਆ। ਜੋ ਇਹਨੇ ਲਾਰਾ ਲਾਇਆ ਸੀ ਸਰਕਾਰ ਨੇ, ਕੋਈ ਵੀ ਲਾਰਾ ਨੇ ਪੂਰਾ ਨਹੀਂ ਕੀਤਾ। ਇਹਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਰੋਡਵੇ ਦਾ ਸਮੂਹ ਮੁਲਾਜ਼ਮ ਜੋ ਇਹ ਕਾਰਪੋਰੇਸ਼ਨ ਬਣਾਉਣ ਜਾ ਰਹੀ ਹੈ, ਉਹਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਹਾਂ। ਔਰ ਇਹ ਅਸੀਂ ਕਿਸੇ ਵੀ ਹਾਲਤ ਵਿੱਚ ਕਾਰਪੋਰੇਸ਼ਨ ਨਹੀਂ ਮੰਨਦੇ ਨੇ। ਜੋ ਮਰਜ਼ੀ ਵੀ ਸਰਕਾਰ ਕਰ ਲਵੇ, ਅਸੀਂ ਕਾਰਪੋਰੇਸ਼ਨ ਨਹੀਂ ਮੰਨਦੇ ਨੇ। ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।